ਲੁਧਿਆਣਾ 'ਚ ਐਸਟੀਐਫ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਇੱਕ ASI ਮੇਜਰ ਸਿੰਘ ਨੂੰ ਇੱਕ ਔਰਤ ਸਣੇ ਪੁਲਿਸ ਨੇ 5.5 ਕਿਲੋ ਅਫੀਮ ਸਣੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਥਾਣੇਦਾਰ ਕੋਲੋਂ 32 ਬੋਰ ਦਾ ਰਿਵਾਲਵਰ, 26 ਜਿੰਦਾ ਕਾਰਤੂਸ, 1 SLR ਅਤੇ 1 303 ਰਾਈਫਲ ਵੀ ਬਰਾਮਦ ਕੀਤੀ ਗਈ ਹੈ ਅਤੇ ਇਸ ਅਸਲੇ ਸੰਬੰਧੀ ਉਹ ਕੋਈ ਦਸਤਾਵੇਜ਼ ਵੀ ਨਹੀਂ ਦਿਖਾ ਸਕਿਆ ਹੈ। ਇਹ ਮੁਲਾਜ਼ਮ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਲਗਭਗ 15 ਸਾਲ ਤੋਂ ਅਫੀਮ ਦੀ ਸਪਲਾਈ ਕਰਦਾ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਦੇ AIG ਸਨੇਹਦੀਪ ਸ਼ਰਮਾ ਨੇ ਦੱਸਿਆ ਹੈ ਕਿ ਮੁਲਜ਼ਮ ASI ਐਂਟੀ ਬ੍ਰਾਂਚ ਕਮਿਸ਼ਨਰੇਟ ਆਫ ਲੁਧਿਆਣਾ ਦੇ ਦਫ਼ਤਰ 'ਚ ਤੈਨਾਤ ਸੀ। ਉਹਨਾਂ ਕਿਹਾ ਕਿ ਇਸ ਮਾਮਲੇ 'ਚ ਇੱਕ ਔਰਤ ਨੂੰ ਵੀ ਉਸਦੇ ਨਾਲ ਹੀ ਕਾਬੂ ਕੀਤਾ ਗਿਆ ਹੈ। ਇਹਦੇ ਵਿੱਚ ਇੱਕ ASI ਮੇਜਰ ਸਿੰਘ ਇੱਥੇ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਪੋਸਟਡ ਹੈ। ਉਸਦੇ ਕੋਲੋਂ ਇਨਫੋਰਮੇਸ਼ਨ ਸੀਗੇ ਵੀ ਇਹ ਨਸ਼ੇ ਦਾ ਵਪਾਰ ਕਰਦਾ ਔਰ ਅਫੀਮ ਜਿਹੜੀ ਵੇਚਦਾ, ਜਿਸ ਦੇ ਉੱਪਰ ਕਾਰਵਾਈ ਕਰਦੇ ਹੋਇਆਂ ਸਾਡੀ ਐਸਟੀਐਫ ਲੁਧਿਆਣਾ ਟੀਮ ਨੇ ਇਸ ਨੂੰ ਅਰੈਸਟ ਕੀਤਾ। ਇਹਦੇ ਨਾਲ ਇੱਕ ਔਰਤ ਗ੍ਰਿਫਤਾਰ ਕੀਤੀ ਜਿਹੜੀ ਇਹਦੇ ਨਾਲ ਰਲ ਕੇ ਕੰਮ ਕਰਦੀ ਸੀਗੀ, ਔਰ ਇਹਨਾਂ ਕੋਲੋਂ 5.5 ਕਿਲੋ ਅਫੀਮ ਬਰਾਮਦ ਹੋਈ ਹੈ। 1 ਰਿਵਾਲਵਰ ਬਰਾਮਦ ਹੋਇਆ ਜਿਹਦਾ ਲਾਇਸੈਂਸ ਪੇਸ਼ ਨਹੀਂ ਕਰ ਸਕਿਆ, ਔਰ ਕੁਛ ਰਾਊਂਡ ਜਿਹੜੇ ਨੇ 32 ਬੋਰ ਐਂਡ 7.62 ਬੋਰ ਦੇ ਮਿਲੇ ਨੇ। ਇਹ ਜੋ ਪਤਾ ਲੱਗਾ ਮੁੱਢਲੀ ਤਫਤੀਸ਼ ਤੋਂ, ਪਿਛਲੇ 15 ਸਾਲ ਤੋਂ ਇਹ ਇਸ ਧੰਦੇ ਵਿੱਚ ਲੱਗਾ ਹੋਇਆ, ਔਰ ਇਸਨੇ ਕਾਫੀ ਪ੍ਰੋਪਰਟੀ ਵੀ ਬਣਾਈ ਹੋਈ ਹੈ। ਅਜੇ ਤੱਕ ਸਾਡੀ ਨਜ਼ਰ 'ਚ ਵੀ 3 ਪ੍ਰੋਪਰਟੀ ਇਹਦੀਆਂ ਆਈਆਂ ਨੇ ਜਿਹੜੀਆਂ ਨੇ ਇਸੇ ਧੰਦੇ 'ਚੋਂ ਹੀ ਬਣਾਈਆਂ ਹੋਈਆਂ ਨੇ। ਡਿਫਰੈਂਟ ਬੈਂਕ ਅਕਾਊਂਟਸ ਵੀ ਸਾਡੇ ਸਾਹਮਣੇ ਆਏ ਨੇ, ਅਸੀਂ ਉਹਨਾਂ 'ਤੇ ਵੀ ਅਸੀਂ ਜੋ ਸਾਡੀਆਂ ਪ੍ਰੋਵੀਜ਼ਨਸ ਨੇ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਹਾਂ, ਔਰ ਜਿਹੜੀ ਵੀ ਪ੍ਰੋਪਰਟੀ ਪ੍ਰੋਸੀਡਸ ਆਫ ਦਿਸ ਕ੍ਰਾਈਮ ਹੋਣਗੀਆਂ NDPS ਦੇ ਵਿੱਚ ਜਿਹੜੀਆਂ ਸਾਡੀਆਂ ਧਾਰਾਵਾਂ ਹੁੰਦੀਆਂ ਉਹਦੇ ਤਹਿਤ ਅਸੀਂ ਉਹ 'ਤੇ ਵੀ ਕਾਰਵਾਈ ਕਰਾਂਗੇ। ਇਹ ਬੇਸਿਕਲੀ ਜੋ ਮੇਜਰ ਸਿੰਘ ਹੈ ਇਹ ਮੋਗਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ, ਉਹ ਪ੍ਰੈਜੈਂਟਲੀ ਯਹਾਂ ਪੇ ਹਮੜਾ ਰੋਡ ਪੇ ਰਹਿ ਰਹਾ ਥਾ, ਔਰ ਇਸਕਾ ਘਰ ਇੱਕ ਸ਼ਿਮਲਾਪੁਰੀ ਮੇਂ ਵੀ ਹੈ, ਹਮੜਾ ਰੋਡ ਪੇ ਵੀ ਹੈ, ਇੱਕ GNE ਕਾਲਜ ਕੇ ਪਾਸ ਵੀ ਬਣਾ ਰਹਾ ਹੈ। ਪ੍ਰੋਫੈਕਸ਼ਨ ਇਹ ਹੈ MT ਬ੍ਰਾਂਚ ਕਮਿਸ਼ਨਰੇਟ ਆਫ ਲੁਧਿਆਣਾ ਮੇਂ ਪੋਸਟਡ ਹੈ, ਔਰ 92 ਸੇ ਯੇ ਭਰਤੀ ਹੈ। ਸਪਲਾਈ ਜਿਹੜੇ ਇਹਦੇ ਆਪਣਾ ਹੀ ਕੰਜ਼ਿਊਮਰ ਬੇਸ ਬਣਾਇਆ ਹੋਇਆ ਸੀਗਾ, ਜਿਹੜੇ ਲੋਕਲ ਜਿਹੜੇ ਇਹਨਾਂ ਕੋਲ ਜਾਂ ਆਸ ਪਾਸ ਦੇ ਇਲਾਕੇ ਦੇ ਵਿੱਚ ਜਿਹੜੇ ਕੰਜ਼ਿਊਮ ਕਰਦੇ ਨੇ OPM, ਉਹਨਾਂ ਨਾਲ ਇਹਨਾਂ ਦਾ ਫਿਕਸ ਸੀ। MT ਬ੍ਰਾਂਚ ਮੋਟਰ ਟਰਾਂਸਪੋਰਟ। ਉਹਨਾਂ ਕਿਹਾ ਕਿ ਇਸ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਲੁਧਿਆਣਾ ਤੋਂ ਜਸਵੀਰ ਸਿੰਘ ਜੱਸੀ ਦੀ ਰਿਪੋਰਟ, ਪੰਜਾਬ ਟੂਡੇ।